ਹੌਸਪੀਟਲ ਜੋ ਹੈ 1966 ਵਿੱਚ ਇਸ ਹੌਸਪੀਟਲ ਦਾ ਨਿਰਮਾਣ ਕੀਤਾ ਜਾਂਦਾ ਹੈ। ਔਰ ਖਾਸ ਕਰ ਦੱਸ ਦਈਏ ਕਿ ਇਸ ਤੋਂ ਤਲਵਾੜਾ ਤੋਂ ਮਹਿਜ ਕੁਛ ਹੀ ਕਿਲੋਮੀਟਰ ਦੂਰ ਪੌਂਗ ਡੈਮ ਹੈ। 1966 ਵਿੱਚ ਜਦ ਇਸ ਹੌਸਪੀਟਲ ਦਾ ਨਿਰਮਾਣ ਕੀਤਾ ਜਾਂਦਾ ਹੈ, ਉਹ ਖਾਸ ਕਰ ਪੌਂਗ ਡੈਮ ਦੇ ਉਹ ਇੰਪਲੋਈ ਜੋ ਉੱਥੇ ਕੰਮ ਕਰਦੇ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਸਹੂਲਤ ਵਾਸਤੇ ਇਸ ਹੌਸਪੀਟਲ ਦਾ ਨਿਰਮਾਣ ਕੀਤਾ ਜਾਂਦਾ ਹੈ। ਪਰ ਸਮੇਂ ਦੇ ਨਾਲ ਨਾਲ ਜਿਸ ਤਰ੍ਹਾਂ ਤਲਵਾੜਾ ਸ਼ਹਿਰ ਉੱਜੜਦਾ ਗਿਆ, ਹੌਲੀ ਹੌਲੀ ਲੋਕਾਂ ਦੀ ਆਬਾਦੀ ਇਸ ਸ਼ਹਿਰ 'ਚੋਂ ਕੱਟਦੀ ਗਈ ਅਤੇ ਇਸ ਹੌਸਪੀਟਲ ਦਾ ਵੀ ਵਜੂਦ ਜੋ ਹੈ ਉਹ ਖਤਮ ਹੀ ਹੁੰਦਾ ਗਿਆ। ਤੁਹਾਨੂੰ ਦਿਖਾਵਾਂਗੇ ਇਸ ਵਕਤ ਕਿ ਇਸ ਹੌਸਪੀਟਲ ਦਾ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਅਵੇਲੇਬਲ ਨੇ। ਡਾਕਟਰਸ ਨਾਲ ਵੀ ਗੱਲਬਾਤ ਕਰਾਂਗੇ ਕਿ ਹੌਸਪੀਟਲ ਦੇ ਅੰਦਰ ਕਿਹੜੀ ਕਿਹੜੀ ਫੈਸਿਲਿਟੀਜ਼ ਮੌਜੂਦ ਹੈ। ਮੇਲ ਵਾਰਡ ਜੋ ਹੈ ਫਸਟ ਫਲੋਰ BBMB ਹੌਸਪੀਟਲ ਉੱਥੇ ਮੌਜੂਦ ਨੇ, ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਲ ਵਾਰਡ ਹੈ। ਅੰਦਰ ਜਿੰਨੇ ਰੂਮਸ ਨੇ ਪੇਸ਼ੈਂਟਸ ਲਈ ਉਹ ਸਾਰੇ ਖਾਲੀ ਪਏ ਨੇ, ਤਾਲੇ ਲੱਗੇ ਹੋਏ ਨੇ। ਔਰ ਮੇਰੇ ਇਸ ਸਾਈਡ ਕੈਮਰਾਮੈਨ ਸਾਥੀ ਨੂੰ ਕਹੂੰਗਾ ਇੱਕ ਵਾਰੀ ਇਸ ਸਾਈਡ ਦਿਖਾ ਦੇਣ ਕਿ ਇੱਕ ਆਲੀਸ਼ਾਨ ਹੌਸਪੀਟਲ ਜੋ ਪਿਛਲੇ ਲੰਬੇ ਸਮੇਂ ਤੋਂ ਬਦਹਾਲੀ ਦੇ ਆਂਸੂ ਬਹਾ ਰਿਹਾ ਹੈ, ਔਰ ਪ੍ਰਾਈਵੇਟਸ ਰੂਮ ਜੋ ਹੈ ਜਿਸ ਪੇਸ਼ੈਂਟਸ ਵਾਸਤੇ, ਜੋ ਪੇਸ਼ੈਂਟਸ ਆਪਣਾ ਪ੍ਰਾਈਵੇਟ ਰੂਮ ਲੈਣਾ ਚਾਹੁੰਦੇ ਸੀ ਉਹ ਲੈਣਾ ਚਾਹੁੰਦੇ ਨੇ ਉਹ ਇੱਥੇ ਆਪਣਾ ਪ੍ਰਾਈਵੇਟ ਰੂਮ ਲੈ ਸਕਦੇ ਨੇ। ਔਰ ਕੁੱਲ ਮਿਲਾ ਕੇ 12 ਰੂਮ ਇਸ ਫਸਟ ਫਲੋਰ 'ਤੇ ਬਣੇ ਹੋਏ ਨੇ, ਔਰ 12 ਦੇ 12 ਰੂਮ ਆਪਾਂ ਕਹਿ ਸਕਦੇ ਕਿ ਇਸ ਵਕਤ ਖਾਲੀ ਨੇ, ਤਾਲੇ ਲੱਗੇ ਹੋਏ ਨੇ। ਇਸ ਵਕਤ ਅਸੀਂ BBMB ਹੌਸਪੀਟਲ ਦੇ ਫੀਮੇਲ ਵਾਰਡ ਦੇ ਵਿੱਚ ਖੜ੍ਹੇ ਹਾਂ, ਔਰ ਫੀਮੇਲ ਵਾਰਡ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਕਿ ਦੇਖ ਸਕਦੇ ਹੋ ਕਿ ਪੇਸ਼ੈਂਟ ਨਾ ਹੋਣ ਦੇ ਕਾਰਨ ਇੱਕ ਆਲੀਸ਼ਾਨ ਹੌਸਪੀਟਲ ਜੋ ਕਿ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਸੀਗਾ ਉਹ ਕਿਸ ਤਰ੍ਹਾਂ ਖੰਡਰ ਬਣਨ 'ਤੇ ਮਜਬੂਰ ਹੋਇਆ। ਕਿਉਂਕਿ ਦੱਸ ਦਈਏ ਕਿ ਹਰਭਜਨ ਸਿੰਘ ਜੋ ਸਾਂਸਦ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਵੱਲੋਂ ਕੱਲ੍ਹ ਰਾਜ ਸਭਾ 'ਚ ਮੁੱਦਾ ਉਠਾਇਆ ਗਿਆ ਸੀਗਾ ਇਸ ਹੌਸਪੀਟਲ ਨੂੰ ਲੈ ਕੇ, ਔਰ ਕਿ ਇਹ ਹੌਸਪੀਟਲ ਖੰਡਰ ਕਿਉਂ ਬਣਦਾ ਜਾ ਰਿਹਾ ਔਰ ਖੰਡਰ ਬਣਨ ਦੀ ਵਜ੍ਹਾ ਕੀ ਹੈ। ਔਰ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਇੱਕ ਵਾਰੀ ਫਿਰ ਕਹੂੰਗਾ ਅੰਦਰ ਆ ਕੇ ਨਜ਼ਦੀਕ ਤੋਂ ਤਸਵੀਰਾਂ ਦਿਖਾਉਣ ਕਿ ਕਿਸ ਤਰ੍ਹਾਂ ਜੋ ਬੈੱਡ ਆ ਉਹ ਸਾਰੇ ਫੀਮੇਲ ਵਾਰਡ ਵਿੱਚ ਖਾਲੀ ਹੈ। ਕਾਰਨ ਪੇਸ਼ੈਂਟ ਦਾ ਨਾ ਹੋਣਾ, ਔਰ ਵੱਡਾ ਕਾਰਨ ਡਾਕਟਰਸ ਦਾ ਨਾ ਹੋਣਾ। ਹਾਂਜੀ, ਵਧੀਆ ਹੋਏਗੀ, ਉਹ ਡਾਕਟਰ ਜ਼ਰੂਰ ਹੋਣਾ ਚਾਹੀਦਾ ਹੋਸਪਿਟਲ 'ਤੇ, ਕਿਉਂਕਿ ਪੇਸ਼ੈਂਟ ਆਉਂਦੇ ਆ ਉਹ ਡਾਕਟਰ ਨਹੀਂ ਮਿਲਦੇ ਆ ਕਈ ਵੇਲੇ, ਤਾਂ ਕਰਕੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ, ਅੱਗੇ ਰੈਫਰ ਕਰ ਦਿੰਦੇ। ਇੱਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਇੰਨਾ ਵੱਡਾ ਹੋਸਪਿਟਲ ਹੈ, ਸਾਡੇ ਹੋਸਪਿਟਲ 'ਤੇ ਡਾਕਟਰਾਂ ਦੀ ਕਮੀ ਬਹੁਤ ਆ, ਅਤੇ ਜ਼ਰੂਰ ਹੋਣਾ ਚਾਹੀਦਾ, ਸਭ ਕੁਝ ਹੋਣਾ ਚਾਹੀਦਾ ਹੋਸਪਿਟਲਾਂ 'ਤੇ। ਅਤੇ ਜਦੋਂ ਪੇਸ਼ੈਂਟ ਆਉਂਦੇ ਆ ਇਹ ਸਿੱਧੇ ਰੈਫਰ ਕਰ ਦਿੰਦੇ ਮੁਕੇਰੀ, ਕਿਉਂਕਿ ਸਾਡਾ ਹੋਸਪਿਟਲ ਇੰਨਾ ਵੱਡਾ ਹੈ, ਸਭ ਕੁਝ ਹੋਣਾ ਚਾਹੀਦਾ ਹੋਸਪਿਟਲ 'ਤੇ, ਕਿਉਂ ਨਹੀਂ ਹੋਣਾ ਚਾਹੀਦਾ? ਜੇ ਇੱਥੇ ਹੋਵੇ ਤਾਂ ਲੋਕ ਬਾਹਰ ਨਾ ਜਾਵਣ, ਇੰਨੇ ਨੌਕਰੀ ਹੈਗਾ, ਸਭ ਕੁਝ ਹੈਗਾ ਬੰਦਿਆਂ ਦਾ, ਅਤੇ ਬਾਹਰ ਜਾਣ ਦਾ ਸਾਨੂੰ ਲੋੜ ਨਾ ਪਵੇ। ਸਾਡੇ ਨਾਲ ਇਸ ਵਕਤ BBMB ਹੌਸਪੀਟਲ ਦੇ ਸਰਜਨ ਅਤੇ ਇਸਤਰੀ ਰੋਗ ਦੇ ਵਿਸ਼ੇਸ਼ਗ ਨਿਧੀ ਕੁਸ਼ਵਾਹਾ ਡਾਕਟਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਮੈਮ, ਸਭ ਪਹਿਲੇ ਇਹ ਬਤਾਈਏ ਆਪ ਕਿ ਇਸ ਹੌਸਪੀਟਲ ਮੇ ਕਿਤਨੀ ਡਿਲੀਵਰੀਜ਼ ਜੋ ਹੈ ਹੋਤੀ ਹੈ? ਅਭੀ ਰੀਸੈਂਟਲੀ ਤੋ 5-6 ਡਿਲੀਵਰੀਜ਼ ਪਰ ਮੰਥ ਹੋ ਰਹੀ ਹੈ। ਮੈਮ, ਇਤਨਾ ਕਮ, ਇਤਨਾ ਬੜਾ ਹੌਸਪੀਟਲ, ਕਾਰਨ ਕਿਆ ਲੱਗਤਾ ਆਪਕੋ, ਮੁੱਖ ਕਾਰਨ ਕਿਆ ਹੈ ਕਿ ਪੇਸ਼ੈਂਟ ਕਮ ਆ ਰਹੇ ਹੈ? ਪੇਸ਼ੈਂਟ ਕਮ ਇੱਕ ਤੋਂ ਇਸ ਲਈ ਆਤੇ ਸਟਾਫ ਪੂਰਾ ਨਹੀਂ ਹੈ ਯਹਾਂ ਪੇ, ਦੂਸਰਾ ਮੈਡੀਸਿਨਸ ਹੈ ਵੋ ਅਵੇਲੇਬਲ ਨਹੀਂ ਹੋਤੀ ਹੈ, ਗੌਰਮੈਂਟਸ ਮੈਡੀਸਿਨ ਪੇਸ਼ੈਂਟ ਕੋ ਬਾਹਰ ਸੇ ਪਰਚੇਸ ਕਰਨਾ ਪੜਤਾ ਹੈ, ਤੋ ਵੋ ਪੇਸ਼ੈਂਟ ਕਿਉਂ ਕਰੇਗਾ ਅਗਰ ਉਸਕੋ ਗੌਰਮੈਂਟ ਹੌਸਪੀਟਲ ਮੇ, ਦੂਸਰੇ ਹੌਸਪੀਟਲਸ ਮੇ ਫੈਸਿਲਿਟੀ ਅਵੇਲੇਬਲ ਹੋ ਰਹੀ ਹੈ। ਪਲੱਸ ਲੋਗੋ ਕੇ ਮਨ ਮੇ ਇਹ ਬੈਠੀ ਆਏ ਕਿ ਯਹਾਂ ਪੇ ਕੋਈ ਡਾਕਟਰ ਨਹੀਂ ਹੈ, ਕੋਈ ਡਿਲੀਵਰੀ ਨਹੀਂ ਹੋਗੀ, ਕੋਈ ਓਪਰੇਸ਼ਨ ਨਹੀਂ ਹੋਗਾ, ਇਹ ਫਿਕਸ ਹੋ ਚੁੱਕਾ ਹੈ ਉਨਕੇ ਮਾਇੰਡ ਮੇ, ਤੋ ਅਬ ਵੋ ਧੀਰੇ ਧੀਰੇ ਹੀ ਹੋਗਾ। ਮੈਮ, ਜਿਸ ਤਰ੍ਹਾਂ ਸਾਂਸਦ ਹਰਭਜਨ ਸਿੰਘ ਨੇ ਮੁੱਦਾ ਉਠਾਇਆ ਹੈ ਰਾਜ ਸਭਾ ਮੇ ਕਿ ਇਸ ਹੌਸਪੀਟਲ ਮੇ ਅਗਰ ਪੂਰੇ ਡਾਕਟਰ ਕੀ ਫੈਸਿਲਿਟੀਜ਼ ਹੋ ਤੋ ਇਹ ਹੌਸਪੀਟਲ ਤਰੱਕੀ ਦੂਸਰੇ ਹੌਸਪੀਟਲਸ ਕੇ ਮੁਕਾਬਲੇ ਮੇ ਆ ਸਕਤਾ ਹੈ, ਕਿਆ ਲਗਤਾ ਆਪਕੋ? ਡੈਫੀਨੇਟਲੀ ਆਏਗਾ, ਦੇਖੋ ਇਤਨੀ ਬੜੀ ਬਿਲਡਿੰਗ ਹੈ, ਰਿਸੋਰਸਿਸ ਅਵੇਲੇਬਲ ਕਰਾਣੇ ਪੜੇਂਗੇ,
तो डेफिनेटली आएगा सारा कुछ, अगर पॉजिटिव तरीके से इस हॉस्पिटल में काम किया जाए तो। क्योंकि एक टाइम पे ये था भी कि बड़े बड़े हॉस्पिटल्स की टक्कर देता था, मैंने जैसा सुना है, क्योंकि पहले सारे डॉक्टर्स थे, मेडिसिन होती थी, स्टाफ होता था, अभी ये मतलब लगातार डाउनफॉल ही होता जा रहा है इस हॉस्पिटल का, क्योंकि स्टाफ नहीं होता, मेडिसिन नहीं होती, यही सारी प्रॉब्लम्स हैं। सीनियर मेडिकल अफसर BBMB डॉक्टर अमरजीत सिंह, डॉक्टर साहब ये हॉस्पिटल कदों बनिया सीगा और किन्ने बैड तो शुरुआत हुई सी? ये हॉस्पिटल तकरीबन जदों डैम की कंस्ट्रक्शन हुई है, सब तो पहला तो हेल्थ फैसिलिटी देने वास्ते हॉस्पिटल की कंस्ट्रक्शन की गई, तकरीबन 1966-67 के विचकार, मतलब ये हॉस्पिटल है BBMB की बाकी कलोनी के नाल, बाकी सारा जो डिवेलपमेंट हुई वो BBMB हॉस्पिटल भी बनिया 1966-67 के करीब। डॉक्टर साहब जिस तरह हरभजन सिंह सांसद ने मुद्दा उठाया है कि इस हॉस्पिटल के डॉक्टरों की घाट है, की जान पूरी हकीकत है वह दसो जरा। ये साड़ा BBMB हॉस्पिटल प्रोजेक्ट हॉस्पिटल है जिद चार स्टेटा के डॉक्टर्स जां कोई कर्मचारी जां कोई जो भी कम करते हैं उन्होंने हिमाचल तो भी आते हैं, तो साढ़े कोटे के हिसाब न पंजाब का जिदा कोटा है 60% के करीब पंजाब का कोटा है, हरियाणा का कोटा हरियाणा तो भी आते, राजस्थान तो भी आते हैं। कुछ समा इदा दस है कि साढ़े इतने हॉस्पिटल फुल फ्लैज हॉस्पिटल से, हर तरह के स्पैशलिस्ट होंगे सके, हर तरह की फैसिलिटी, इवन पंजाब के वक्रे वक्रे शहरों तो भी लोग इतने तक आते होंगे सके, और डॉक्टर की घाट ना होने करके पब्लिक को पूरी फैसिलिटियां मिलती सी। लेकिन चार स्टेटा का क्योंकि हॉस्पिटल है, अपने अपने स्टेटा के हिसाब डॉक्टर भेजते होंगे सी, लेकिन हुण सिचुएशन इदा हो गई है कि साढ़े डॉक्टर की म्याद जी ना घटती घटती दिन प्रतिदिन घटती 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 गई, हुण प्रॉब्लम सिचुएशन कुछ इस तरह की हो गई है कि सिर्फ एक या दो स्पैशलिस्ट तो अलावा साढ़े को बाकी जोड़े आ एमरजेंसी सेवावान निभा रहे डॉक्टर जनरल ड्यूटी भी नाल कर रहे हैं, ईवन कि स्पैशलिस्ट भी नाल साढ़े एमरजेंसी ड्यूटियां उन्होंने करनिया पै रही, नौबत इतों तक आ गई है, क्योंकि पब्लिक नूं असीं अपने हिसाब नाल सुविधा तो देनी देनी आ, बाकी पब्लिक की डिमांड होंदी आ भी सानूं होर बैटर फैसिलिटियां मिलने, पब्लिक नूं भी इस तरह का इस ते रोश हुंदा आ कि सानूं रैफर कर दिता जांदा है, पर साडी भी मजबूरी है हॉस्पिटल की थोड़ी डॉक्टरों की घाट करके असीं समय सिर उन्होंने सुविधा नहीं दे सकते क्योंकि साढ़े को स्पैशलिस्टों की घाट है, असी हुण एस प्रेजेंट स्टेज के उत्ते असी वो फैसिलिटी असी नहीं दे सकते, पर जे क्योंकि सरकार के हदायतों के असी हुक्मों की पालना करनी है, अपनी सरकार की असी हुक्मों के जो जो सानू निर्देश देंदे असी उहदे हिसाब नाल चलदे हां, जां असी नाल दे नाल असी अपनी हायर अथॉरिटी साढ़े मानयोग चीफ इंजीनियर साहब BBMB जो भी उन्हां दे दिशा निर्देश होंदे आ उन्होंने हिसाब नाल असी चलदे हां, पर साढ़े को डॉक्टरों की घाट जिहड़ी है ना वो इस वेले बहुत ज़्यादा है। जेकर मानयोग हरभजन सिंह जी राज्यसभा के मैंबर जिन्हां ने जो भी बयान दिता है जे उस अनुसार जेकर सरकार वालों साडा होर मतलब इस हॉस्पिटल का ध्यान रखा जाए तो मैं चाहता मैं देखता कि मैं महसूस करता है कि होर भी फैसिलिटी बैटर पब्लिक नूं मिल सकती है, क्योंकि साडा 100 बैड का हॉस्पिटल है और इसकी बिल्डिंग भी इस हिसाब न ठीक है कि कोई स्पैशलिस्ट आ भी जाए तो सानूं कोई प्रॉब्लम नहीं होती, पब्लिक नूं भी कोई प्रॉब्लम नहीं होगी, तो असीं होर भी बैटर जिहड़ी सर्विसिज जिहड़ियां ने दे सकते हैं। डॉक्टर साहब अज की तरीक दे विच हॉस्पिटल दे विच कि फैसिलिटीज़ जिहड़ी आ वो पेशेंट्स लई अवेलेबल हैगियां? अज की तरीक दे विच जिहड़ी एमरजेंसी सेवावां तां असीं हर वेला हर तरह दी दे रहे, क्योंकि हर हॉस्पिटल दे विच EMO हुंदे आ, लेकिन साढ़े हॉस्पिटल दे विच असीं MOV नाल हैगे आ, नाल स्पैशलिस्ट भी हैगे आ, वह भी एज ए मतलब एमरजेंसी ड्यूटी कम करदे आ, और उन्हां नूं भी मुश्किल आउंदी आ क्योंकि एक डॉक्टर ने एमरजेंसी ड्यूटी कीती और अगले दिन उन्हूं ऑफ मिलना, फिर उन्हूं स्पैशलिस्ट नूं खास करके प्रॉब्लम हुंदी आ, जेकर साढ़े डॉक्टरां दी जिहड़ियां इह कमियां जिहड़ियां पूरियां हो जाण तां सानूं इह भी फैसिलिटी असीं इह भी होर भी सुविधावां पब्लिक नूं दे सकदे आ। इस वेले साढ़े को सिर्फ पैथोलॉजिस्ट ने,
ਜਿਹੜੇ ਰੈਗੂਲਰਲੀ ਪੰਜਾਬ ਸਰਕਾਰ ਵੱਲੋਂ ਅਪੁਆਇੰਟ ਕੀਤੇ ਗਏ ਨੇ, ਅਤੇ ਉਸ ਤੋਂ ਇਲਾਵਾ NRHM ਵੱਲੋਂ ਇੱਕ ਆਈ ਸਰਜਨ ਨੇ ਜਿਹੜੇ ਕਿ ਰੈਗੂਲਰਲੀ ਕੰਮ ਕਰ ਰਹੇ, ਉਹ ਵੀ 3 ਸਾਲ ਦੇ ਮਤਲਬ ਟੈਨਿਊਰ ਦੇ, ਸਰਕਾਰ ਸਮੇਂ ਅਨੁਸਾਰ ਉਹਨਾਂ ਨੂੰ ਐਕਸਟੈਂਸ਼ਨ ਦਿੰਦੀ ਹੈ। ਅਤੇ ਉਹਨਾਂ ਤੋਂ ਇਲਾਵਾ ਸਾਡੇ ਕੋਲ ਗਾਇਨੀਕੋਲੋਜਿਸਟ ਨੇ ਜਿਹੜੇ ਕਿ ਸਿਰਫ 4 ਘੰਟੇ ਵਾਸਤੇ ਸਾਡੇ ਕੋਲ ਅਪੁਆਇੰਟ ਹੁੰਦੇ ਆ, ਉਹਨਾਂ ਦੀ ਵੀ ਕਮੀ ਪਬਲਿਕ ਨੂੰ ਮਹਿਸੂਸ ਹੁੰਦੀ ਹੈ। ਔਰ ਸਰਕਾਰ ਔਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹ ਘੱਟੋ ਘੱਟ ਜਿੱਦਾਂ ਗਾਇਨੀਕੋਲ ਸਾਡੇ ਕੋਲ ਪਾਰਟ ਟਾਈਮ ਹੈ, ਘੱਟੋ ਘੱਟ ਸਾਡੇ ਕੋਲ ਫੁੱਲ ਟਾਈਮ ਫੁੱਲ ਫਲੈਜ ਕੋ ਗਾਇਨੀਕੋਲੋਜਿਸਟ ਵੀ ਮਿਲ ਜਾਵੇ, ਸਾਡੀ ਹੋਰ ਫੈਸਿਲਿਟੀ ਅਸੀਂ ਬੈਟਰ ਫੈਸਿਲਿਟੀ ਦੇ ਸਕਦੇ ਹਾਂ। ਹਾਂ, ਨਾਲ ਦੀ ਨਾਲ ਸਾਨੂੰ ਬਾਕੀ ਜਿਹੜੇ ਸਪੈਸ਼ਲਿਸਟ ਆ ਉਹਨਾਂ ਦੀ ਵੀ ਸਾਨੂੰ ਪੂਰੀ ਜ਼ਰੂਰਤ ਹੈ, ਤਾਂ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਅਸੀਂ ਕੋਈ ਮਤਲਬ ਅਸੁਵਿਧਾ ਨਾ ਆਉਣ ਦੇਈਏ। ਸਾਡਾ ਵੀ ਇਹ ਮਨ ਕਰਦਾ ਹੈ ਕਿ ਅਸੀਂ ਇਸ ਹੋਸਪਿਟਲ ਨੂੰ ਅੱਛੇ ਤਰੀਕੇ ਦੇ ਨਾਲ ਚਲਾਈਏ, ਇਹਨਾਂ ਦੇ ਪਬਲਿਕ ਦੇ ਸਹਿਯੋਗ ਦੇ ਨਾਲ, ਨਾਲ ਦੇ ਨਾਲ ਜਿੰਨੇ ਵੀ ਸਪੈਸ਼ਲਿਸਟ ਹੈ ਉਹਨਾਂ ਦੀ ਜੇ ਪੂਰਤੀ ਹੋ ਜਾਵੇ ਤਾਂ ਅਸੀਂ ਇਸ ਹੋਸਪਿਟਲ ਨੂੰ ਬੈਟਰ ਚਲਾ ਸਕਦੇ ਹਾਂ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਡਾਕਟਰ ਅਮਰਜੀਤ ਸਿੰਘ ਜੋ ਕਿ BBMB ਹੋਸਪਿਟਲ ਦੇ ਸੀਨੀਅਰ ਮੈਡੀਕਲ ਆਫਿਸਰ ਨੇ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਡਾਕਟਰਾਂ ਦੀ ਵੀ ਕਾਟ ਜਿਹੜੀ ਹੈ ਇਸ ਹੋਸਪਿਟਲ ਵਿੱਚ ਜ਼ਰੂਰ ਰਹੀ ਹੈ, ਉਹੀ ਇੱਕ ਮੇਨ ਜਿਹੜਾ ਕਾਰਨ ਹੈ ਕਿ ਜਿਹੜਾ ਲੋਕਾਂ ਨੂੰ ਜੋ ਫੈਸਿਲਿਟੀਜ਼ ਇਸ ਹੋਸਪਿਟਲ ਦਾ ਲਾਭ ਜੋ ਮਿਲਣਾ ਚਾਹੀਦਾ ਉਹ ਵੀ ਇਸ ਲੋਕਾਂ ਨੂੰ ਨਹੀਂ ਮਿਲ ਪਾ ਰਿਹਾ। ਉੱਥੇ ਹੀ ਉਹਨਾਂ ਨੇ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਕਿ ਹਰਭਜਨ ਸਿੰਘ ਵੱਲੋਂ ਜੋ ਮੁੱਦਾ ਉਠਾਇਆ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਹੈ, ਔਰ ਜੇਕਰ ਸਰਕਾਰ ਇਸ ਵੱਲ ਧਿਆਨ ਦੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ BBMB ਹੋਸਪਿਟਲ ਤਲਵਾੜਾ ਜਿਹੜਾ ਆ ਉਹ ਏਮਸ ਅਤੇ ਹੋਰ ਹੋਸਪਿਟਲਾਂ ਦਾ ਮੁਕਾਬਲਾ ਕਰੇਗਾ।